ਸਲਾਮ ਅਲੈਕੁਮ ਬਾਬਾ ਜੀ। ਕੀ ਨਾਂ ਆਪਣਾ? ਕਾਜ਼ਿਮ ਅਲੀ। ਤੁਹਾਡੇ ਅੱਬਾ ਜੀ ਦਾ ਕੀ ਨਾਂ? ਅੰਮੀ ਕਲੱਬ ਨੇ। ਆਪਣੇ ਬਾਪ ਦਾ ਨਾਂ? ਅੱਬੇ ਦਾ ਨਾਂ ਦੱਸਿਓ। ਅੱਬੇ ਦਾ ਨਾਂ ਲਾਲਦੀਨ। ਤੇ ਅੰਮਾ ਦਾ ਕੀ ਨਾਂ ਸੀਗਾ? ਮਾਂ ਦਾ? ਮਾਂ ਦਾ ਰੱਬ ਨੇ। ਅੱਛਾ, ਰੱਬ ਨੇ। ਤੇ ਤੁਹਾਡੀ ਇਸੇ ਪਿੰਡ ਦੀ ਜੰਮ ਪਾਲਣਾ? ਹੁਣ ਤੁਸੀਂ ਬੋਲੀ ਜਾਣਾ, ਮੈਂ ਹੁਣ ਕੀ ਬੋਲਣਾ? ਜਦੋਂ 35 ਸਾਲਾਂ ਦੇ ਸੀਗੇ। ਅੱਛਾ, ਇਸ ਪਿੰਡ ਦੇ ਜਦੋਂ ਨੰਬਰਦਾਰ ਕਿਹੜੇ ਕਿਹੜੇ ਸੀਗੇ? ਨੰਬਰਦਾਰ ਸੁਜੇਤ ਸਿੰਘ ਜੀ, ਜਗਤ ਸਿੰਘ ਜੀ, ਕੇਸਰ ਜੀ। ਅੱਛਾ, ਨੰਬਰਦਾਰ ਮਰਾਵ ਨੰਬਰ ਸੀ, ਮਰਾਵ ਨੰਬਰ ਮਰ ਗਿਆ ਵਿਚਾਰਾ। ਅੱਛਾ, ਤੇ ਬਰਗੜੀ ਮਰ ਗਿਆ, ਉਹ ਸਾਰੇ ਮਰ ਗਏ। ਅੱਛਾ, ਇੱਥੇ ਕੋਈ ਸਰਦਾਰ ਮੇਲਾ ਸਿੰਘ ਰਹਿੰਦਾ ਸੀਗਾ? ਜਿਹਨੂੰ ਖਾਨ ਖਾਨ ਤੋਂ ਕਹਿੰਦੇ, ਖਾਨ ਖਾਨ ਕਹਿੰਦੇ ਸੀਗੇ, ਉਹ ਖਾਨ ਰਹਿੰਦਾ ਸੀ। ਉਹਦੇ ਦੋ ਮੁੰਡੇ ਸੀਗੇ, ਇੱਕ ਦਾ ਨਾਂ ਅਰਜੁਨ ਸਿੰਘ ਸੀਗਾ ਤੇ ਦੂਸਰੇ ਦਾ ਨਾਂ ਪੂਰਨ ਸਿੰਘ। ਇਹਨਾਂ ਦੀ ਕਿੰਨੀ ਕੁ ਜ਼ਮੀਨ ਸੀ ਇੱਥੇ? ਮੁਰੱਬਾ ਸਾਹਿਬ ਸੀ। ਅੱਛਾ, ਮੁਰੱਬਾ ਸਾਹਿਬ ਸੀ। ਘਰ ਕਿੱਥੇ ਕਰਕੇ ਸੀ ਇਹਨਾਂ ਦਾ? ਘਰ ਕਿੱਥੇ? ਪਿਛਵਾੜੇ। ਦੱਸਿਓ ਤਾਂ ਭਲਾ ਇਹਨਾਂ ਨੂੰ, ਆਪ ਬੰਦੇ ਨੂੰ ਦੱਸਿਓ, ਫਿਰ ਆਪੇ ਮੈਨੂੰ ਲੈ ਜਾਣਗੇ ਉੱਥੇ। ਪਿਛਵਾੜੇ ਸੀ। ਉਹ ਨਹੀਂ, ਉਹ ਜਿਹੜਾ ਸ਼ਾਨ ਸਾਂਭਿਆ ਸਭ ਨਾਲ, ਉਹ ਮੇਘਾ ਵਾਲਾ, ਉਹ ਮੇਘਾ ਮੇਘਾ ਦੇ ਨਾਲ ਸਾਡੇ ਪਿਛਵਾੜੇ ਸੀ। ਮੇਘਾ ਦੇ ਨਾਲ ਸਾਡੇ ਪਿਛਵਾੜੇ ਸੀ ਉਹ। ਅੱਛਾ, ਅਰਜਨ ਸਿੰਘ ਦੇ ਪੰਜ ਮੁੰਡੇ ਸੀਗੇ, ਗਿਆਨ ਸਿੰਘ, ਹਰਭਜਨ ਸਿੰਘ, ਧਰਮ ਸਿੰਘ, ਕਰਮ ਸਿੰਘ ਤੇ ਅਜੀਤ ਸਿੰਘ। ਇਹਨਾਂ ਚ ਕਿਸੇ ਨੂੰ ਜਾਣਦੇ ਤੁਸੀਂ? ਜਾਣਨਾ ਮੈਂ ਸਾਰਿਆਂ ਨੂੰ ਜਾਣਨਾ। ਅੱਛਾ, ਉਸਲੇ ਜਿਹੜੇ ਇੱਥੇ ਜ਼ਿੰਮੇਦਾਰ ਸਾਰੇ ਸੀਗੇ, ਸਿੱਖ ਤੇ ਹਿੰਦੂ ਤੇ ਮੁਸਲਮਾਨ? ਮੁਸਲਮਾਨ ਜਿਹੜੇ ਸਨ ਉਹ ਲਾਲਾ ਸਨ। ਅੱਛਾ, ਅਥਵਾਲ ਚੱਕ ਤੇ ਲਾਲਾ ਸੀ। ਅੱਛਾ, ਉਹ ਪਰੇ ਸੀ। ਮਕਾਨ ਬੁੱਲੂ ਸਿੰਘ। ਠੀਕ, ਇਹਨਾਂ ਦੇ ਪਿਓ ਦਾ ਕੀ ਨਾਂ ਸੀਗਾ? ਬੁੱਧੂ ਸਿੰਘ ਦੇ ਪਿਓ ਦਾ ਨਾਂ? ਬੁੱਧੂ ਸਿੰਘ ਦਾ ਪਿਓ ਪਹਿਲਾਂ ਮਰ ਗਿਆ। ਅੱਛਾ, ਤੇ ਇਹ ਪਿੰਡ ਜਿਹੜਾ ਉਜਾੜੇ ਤੋਂ ਪਹਿਲੇ, ਇਹਦੇ ਵਿੱਚ ਖਰਾਸ ਸੀਗਾ? ਖਰਾਸ ਖਰਾਸ ਤਿੰਨ ਸਨ, ਇੱਕ ਬੁੱਢੇ ਦਾ ਸੀ ਤੇ ਦੋ ਮਿੱਤਰ ਗਰਾਬਾਰ, ਉਹ ਕੀ ਨਾਂ ਉਹਦਾ, ਉਹ ਨਹੀਂ, ਉਹ ਮੁਸਲਮਾਨ ਸਨ ਯਾਰ। ਅੱਛਾ ਅੱਛਾ, ਲੋਹਾਰਾ ਤਰਖਾਣਾ ਕੌਣ ਕਰਦਾ ਸੀਗਾ ਉਸ ਵਕਤ? ਆਪੇ ਹੀ ਕਰਦੇ ਸਨ ਲੋਹੇ। ਅੱਛਾ, ਲੋਹਾਰਾ ਵੀ ਤਰਖਾਣਾ ਵੀ ਕਰਦੇ ਸਨ। ਅੱਛਾ, ਕੀ ਨਾਂ ਹੈਗਾ ਭੱਟੀਆਂ ਦਾ ਪਿਓ? ਉਹ ਨਹੀਂ, ਹੋਏ ਭੱਜੀ ਨੀ, ਉਹ ਸ਼ਰੀਫ ਦੇ ਸਨ, ਸ਼ਰੀਫ ਸੀ, ਅਲਾਬਾ ਸ਼ਰੀ ਅਲਾਬਾ ਜੀ ਦੇ ਭਰਾ ਸਨ। ਉਹ ਤਿੰਨ ਚਾਰ ਭਰਾ ਸਨ, ਗਿਆਨ
ਤੇ ਗਿਆਨ ਸਾਡੇ ਘਰ ਰਹਿੰਦਾ ਰਿਹਾ ਨੁਕਰੇ ਸਾਡੇ ਘਰ ਸਿਆਣੇ ਨੁਕਰੇ ਸੀ ਉਹਦਾ ਨਾਮ ਮਾਲਦੂ ਸੀ ਮਾਲਦੂ ਦੇ ਉਹ ਸ਼ਿਵੋ ਉਹਦੀ ਇੱਕ ਵੱਡੀ ਕੁੜੀ ਸੀ ਤੇ ਰਾਜੋ ਛੋਟੀ ਕੁੜੀ ਸੀ ਤੇ ਗਿਆਨ ਦੀ ਤਿੰਨ ਭੈਣ ਭਰਾ ਸਨ ਤੇ ਇਹ ਜਿਹੜਾ ਅੱਲਾ ਦਿੱਤਾ ਹੈਗਾ ਜਿਹੜਾ ਇਹਨਾਂ ਦਾ ਦਾਦਾ ਸੀਗਾ ਠੀਕ ਠਾਕ ਸੀਗੇ ਜਮੀਨ ਬਣਦੇ ਪਿੰਡ ਵਾਲੇ ਕਦੇ ਆਹ ਮਤਲਬ ਪਵਾ ਲੈਣਾ ਕਦੇ ਉਹ ਮਤਲਬ ਪਵਾ ਲੈਣਾ ਉਹ ਮਤਲਬ ਪਵਾ ਸੀ ਨਾਨਕੂ ਆ ਗਿਆ ਨਾਨਕੂ ਨੇ ਆਣ ਕੇ ਸਾਰੀਆਂ ਚੁੱਕ ਛੜੀਆਂ ਤੇ ਇਹਨਾਂ ਨੂੰ ਇਹ ਮਤਲਬ ਦਿੱਤਾ ਸੀ ਲਾਲਪੁਰੀਆਂ ਲੱਗੇ ਰਹਿੰਦਾ ਸ਼ਾਮਿਆ ਤੇ ਦੂਆ ਯਾਸੀਨ ਮਕਾਨ ਪਾ ਛੱਡਦੇ ਨਹੀਂ ਤੇ ਇਹਨਾਂ ਚ ਜਿਹੜਾ ਜਿਹਨੂੰ ਖਾਨ ਖਾਨ ਕਹਿੰਦੇ ਸੀਗੇ ਸਿੱਖ ਨੂੰ ਉਹ ਖਾਨ ਪਹਿਲਾਂ ਮਰ ਗਿਆ ਅੱਛਾ ਖਾਨ ਤੋਂ ਖਾਨ ਕਹਿੰਦੇ ਸਨ ਮੈਨੂੰ ਪਤਾ ਉਹਦੇ ਪੁੱਤਰ ਦੋ ਸਨ ਹਾਂਜੀ ਕੀ ਨਾਂ ਸੀ ਉਹਦੇ ਪੁੱਤਰਾਂ ਦਾ ਉਹ ਇੱਕ ਬਾਲਾ ਜੀ ਕਪਾਲ ਸਿੰਘ ਜੀ ਤੇ ਇੱਕ ਇਹਦਾ ਨਾਂ ਸੀ ਪ੍ਰੇਮ ਸਿੰਘ ਦੋਵੇਂ ਸਿੰਘ ਸਨ ਇੱਕ ਤਾਂ ਉਹਨਾਂ ਲਿਖਾਇਆ ਅਰਜੁਨ ਸਿੰਘ ਲਿਖਾਇਆ ਵਾ ਇੱਕ ਤਾਂ ਨਾ ਪ੍ਰਾਮ ਸਿੰਘ ਤੇ ਪੂਰਨ ਸਿੰਘ ਲਿਖਾਇਆ ਹਾਂ ਨਹੀਂ ਠੀਕ ਆ ਤੇ ਇਹ ਜਿਹੜਾ ਅਰਜੁਨ ਸਿੰਘ ਦੇ ਪੰਜ ਮੁੰਡੇ ਸੀਗੇ ਗਿਆਨ ਸਿੰਘ ਹਰਭਜਨ ਸਿੰਘ ਤੇ ਧਰਮ ਸਿੰਘ ਤੇ ਕਰਮ ਸਿੰਘ ਤੇ ਅਜੀਤ ਸਿੰਘ ਇਹ ਤੁਹਾਡੇ ਹਾਣੀ ਆ ਨਾ ਅੱਛਾ ਅਸੀਂ ਖੇਡ ਲਿਆਉਣਾ ਤੇ ਤਲਾਅ ਚ ਛਾਲਾ ਮਾਰਨੀ ਆ ਉਹ ਪਾਣੀ ਪੀਣਾ ਤਲਾਅ ਸੀ ਉਹਦੇ ਚ ਛਾਲਾ ਮਾਰਨੀ ਆ ਨਹਾ ਕੇ ਤੇ ਘਰ ਆ ਜਾਣਾ ਤੇ ਫਿਰ ਗਾਲਾਂ ਨੀ ਸੀ ਕੱਢਦੇ ਲੋਕੀ ਕੇ ਤੁਸੀਂ ਪਾਣੀ ਪੀਣ ਵਾਲੇ ਤਲਾਅ ਚ ਨਹਾ ਕੇ ਨਹੀਂ ਗਾਲਾਂ ਕੋਈ ਉਹ ਪੀਣੀਆਂ ਪੀ ਸੀ ਉਹ ਮਾਲਾ ਤਲਾਅ ਸੀ ਮਾਲਾ ਤਲਾਅ ਸੀ ਅੱਛਾ ਪਾਣੀ ਬੜਾ ਤਲਾਵਾਂ ਸੀ ਉਂਝ ਪਾਣੀ ਪੈਂਦਾ ਪਾਣੀ ਸਿਗਾਰ ਵਾਲੇ ਬੜਾ ਪੈਂਦਾ ਰਿਹਾ ਠੀਕ ਆ ਇਹ ਚੰਗੇ ਤਕੜੇ ਜ਼ਿੰਮੇਦਾਰ ਸੀਗੇ ਹਾਂ ਪੇਟ ਮਤਲਬ ਖਿਆਲ ਰੱਖਦੇ ਸੀਗੇ ਜਿਆ ਇੱਕ ਦੂਏ ਦਾ ਰੋਟੀਆਂ ਕੱਚੀਆਂ ਦੇਣੀਆਂ ਕੱਚੀਆਂ ਲਾਣੀਆਂ ਅੱਛਾ ਵਿਆਹ ਸ਼ਾਦੀ ਜੀ ਕੱਚੇ ਬਰਤਨਾ ਕੱਚੇ ਬੋਰੀ ਚੁੱਕ ਲੈਣੀ ਇੱਕ ਬੋਰੀ ਚੁੱਕ ਲੈਣੀ ਪੀਪਾ ਚੁੱਕ ਲੈਣਾ ਕਿਉਂ ਉਹਦਾ ਤੇ ਘਰ ਘਰ ਫਿਰਨਾ ਅੱਛਾ ਜਾ ਕੇ ਦੇ ਕੇ ਆਉਂਦੇ ਨੇ ਆ ਸੁਜੀਤ ਸਿੰਘ ਬੁੱਧੂ ਸਿੰਘ ਆਹ ਸਾਡੇ ਘਰ ਮੰਜਾ ਚੁੰਗਲਾ ਲਿਆ ਠੀਕ ਹੈ ਆਣ ਕੇ ਜੋ ਪਾਰਾ ਲਾਉਣਾ ਉੱਠ ਕੇ ਆਪਣਾ ਭੰਨ ਕੇ ਤੇ ਮਹੀ ਅੱਗੇ ਪਾਉਣਾ ਤੇ ਤਾਰਾ ਲੈ ਦੇਣੀਆਂ ਚੁੰਗ ਜਾਣਾ ਮੰਜਾ ਸਾਡੇ ਘਰ ਪੰਜ ਛੇ ਆਉਂਦੀਆਂ ਇੱਕ ਮੱਝ ਉਹਨਾਂ ਦੀ ਅੱਛਾ ਜਦੋਂ ਫਿਰ ਉਜਾੜੇ ਪਏ ਸੀਗੇ ਉਹ ਸਾਡੇ ਘਰ ਹੀ ਰਹੇ ਸਨ ਸਾਰਾ ਚਾਰ ਚੂਰ ਮੰਗਾ ਕੇ ਜਾਣਾ ਸੀ ਉਹ ਈਸ਼ਵਰ ਨੂੰ ਈਸ਼ਵਰ ਨੂੰ ਤੇ
ਉਹ ਦੂਏ ਜਿਹੜੇ ਸੋਹਣੇ ਦੇ ਮੁੰਡੇ ਸਨ ਚਾਰੇ ਉਹਨਾਂ ਨੂੰ ਖੋਖੇ ਖੋਲ ਕੇ ਦਿੰਦੇ ਆ ਪੰਗਾ ਪੁੰਗਾ ਸ਼ਹਿਰ ਮਾਲ ਮੰਡੀ ਦੇ ਵਿੱਚ ਲੱਗੇ ਸਨ ਅੱਛਾ ਇਸ਼ਰੀ ਮਰ ਗਈ ਸੀ ਇਸ਼ਰੀ ਬਾਜੀ ਸੀ ਉਹਨਾਂ ਨੇ ਸਿੱਖਾਂ ਨੇ ਅੱਛਾ ਸੋਹਣ ਸਿੰਘ ਵੀ ਤੇ ਜਗਤ ਸਿੰਘ ਵੀ ਦੋ ਭਰਾ ਸਨ ਅੱਛਾ ਉਸਲੇ ਸੁਣਦੇ ਹਾਂ ਕਿ ਬਈ ਕਈਆਂ ਨੇ ਇਹ ਫੈਸਲਾ ਕੀਤਾ ਸੀਗਾ ਵੀ ਅਸੀਂ ਦੀਨਦਾਰ ਬਣ ਜਾਂਦੇ ਹਾਂ ਹਿੰਦੂਆਂ ਤੇ ਸਿੱਖਾਂ ਨੇ ਕੋਈ ਬਣੇ ਸੀਗਾ ਦੀਨਦਾਰ ਦੀਨਦਾਰ ਬਣੇ ਸਨ ਉਹ ਸ਼ਿਵੋ ਰਹਿੰਦੀ ਸੀ ਮਾਲਤੂ ਅੱਛਾ ਉਹ ਮੁਸਲਮਾਨ ਹੁੰਦੀ ਸੀ ਠੀਕ ਆ ਪੈਸਾ ਨਹੀਂ ਸੀ ਕੀਤੀ ਬੱਚੇ ਸ਼ਾਹ ਨਹੀਂ ਸੀ ਕੀਤੀ ਸ਼ਾਨ ਸ਼ਾਹ ਨੇ ਸ਼ਾਨ ਸ਼ਾਹ ਨੇ ਆਖਿਆ ਤੁਸੀਂ ਆਪਣੇ ਘਰ ਜਾਓ ਉਹ ਮੇਰੇ ਨਾਲ ਨਿਗਾਹ ਕਰੂ ਸਨ ਅੱਛਾ ਸ਼ਿਵੋ ਦਾ ਉਹ ਤੁਸੀਂ ਲਾਚੋ ਦਾ ਅੱਛਾ ਮਾਲ ਮੰਡੀ ਮਰ ਗਿਆ ਸੀ ਬੁੱਢਾ ਤੇ ਗਿਆਨ ਤੁਰ ਗਿਆ ਸੀ ਨਾਲ ਅੱਛਾ ਇਸ ਪਿੰਡ ਤੇ ਕੋਈ ਫਿਰ ਮੁਸਲਮਾਨ ਨੇ ਹਮਲਾ ਤਾਂ ਨਹੀਂ ਸੀ ਕੀਤਾ ਨਹੀਂ ਕੋਈ ਹਮਲਾ ਨਹੀਂ ਹੋਇਆ ਅੱਛਾ ਸਿੱਖਾਂ ਨੱਠ ਗਏ ਸਨ ਪਿੰਡ ਚ ਸਿੱਖ ਸਾਰੇ ਨੱਠ ਗਏ ਸਨ ਹਿੰਦੂ ਦੇ ਸਨ ਹਿੰਦੂਆਂ ਸਾਡੇ ਨਾਲ ਪਿਆਰ ਪੈਦਾ ਸੀ ਤੇ ਸਾਡੇ ਘਰ ਹੀ ਦੇ ਸਨ ਸਾਡੀਆਂ ਰੋਟੀਆਂ ਖਾਂਦੇ ਨੇ ਸਾਰਾ ਕੁਝ ਕਰਦੇ ਸਵੇਰੇ ਦਹੀਂ ਪੀਣਾ ਲੱਸੀ ਪੀਣੀ ਮਾਂ ਨੇ ਪੀਣੀ ਸਾਰਿਆਂ ਪੀਣੀ ਹਿੰਦੂਆਂ ਮੁਸਲਮਾਨਾਂ ਪੀਣੀ ਲਾਲ ਜੀ ਦਾ ਘਰ ਬੜਾ ਮਸ਼ਹੂਰ ਸੀ ਲੱਕ ਲੂੰਗੀ ਬਣ ਕੇ ਰੱਖਦਾ ਸੀ ਫਿਰ ਪਾ ਕੇ ਉਹ ਬਗਾਰ ਨਹੀਂ ਕਰਦੇ ਮੇਲਾ ਵਿਸਾਖ ਦਾ ਵਿਸਾਖੀ ਦਾ ਮੇਲਾ ਨਹੀਂ ਕਰਦੇ ਭੰਗੜਾ ਨਹੀਂ ਕਰਦੇ ਭੰਗੜਾ ਕਰਨਾ ਤੇ ਲਾਲੇ ਨੇ ਘੋੜੀ ਤੇ ਚੜ੍ਹੇ ਆਉਣਾ ਤੇ ਭੰਗੜਾ ਕਰਨਾ ਇਹ ਪਿੰਡ ਕਾਫੀ ਤਕੜਾ ਸੀਗਾ ਹਾਂ ਪਿੰਡ ਬੜਾ ਤਕੜਾ ਸੀ ਕਿੰਨੇ ਕੁ ਘਰ ਹੋਣਗੇ ਉਸਲੇ ਸਾਰੇ ਘਰ ਸਨ ਸਕੂਲ ਦਾ ਤੇ ਕੋਠੇ ਬਾਥਰੂਮ ਪਾਏ ਅੱਛਾ ਇਹ ਬਾਥਰੂਮ ਪਏ ਨੇ ਜਿਹੜੇ ਸੜਕੂ ਆਸ ਪਾਸ ਰਹਿੰਦੀਆਂ ਇਹ ਬਾਥਰੂਮ ਪਏ ਨੇ ਤੇ ਇਸ ਪਿੰਡ ਦੇ ਵਿੱਚ ਗੁਰਦੁਆਰਾ ਸੀਗਾ ਗੁਰਦੁਆਰਾ ਸੀ ਉਹ ਗੁਰਦੁਆਰਾ ਮਤਲਬ ਪਿੰਡ ਚ ਵੀ ਹੈਗਾ ਸੀ ਉੱਥੇ ਉਹ ਨੁਕਰੇ ਗੁਰਦੁਆਰਾ ਪਾਇਆ ਅੱਛਾ ਗੁਰਦੁਆਰਾ ਆਇਆ ਤਾ ਇੱਥੇ ਵੀ ਆ ਕੇ ਤੇ ਉਹ ਮਾਮ ਖਾਣਾ ਜਿਹੜਾ ਨੀ ਮਾਰਾ ਉਹ ਗੁਰਦੁਆਰਾ ਬਣਿਆ ਹਾਂ ਤੇ ਕੋਈ ਹਿੰਦੂਆਂ ਦਾ ਮੰਦਰ ਵੀ ਸੀਗਾ ਮੰਦਰ ਕੋਈ ਨੀ ਸੀ ਮੰਦਰ ਕੋਈ ਨੀ ਸੀਗਾ ਮੰਦਰ ਕੋਈ ਨੀ ਸੀ ਉਹ ਡੈਰੀ ਸੀ ਜਗਤ ਸਿੰਘ ਦੀ ਉਹ ਮੇਰੇ ਵਿੱਚ ਅੱਛਾ ਮੇਰੀ ਤੈਨੂੰ ਮਤਲਬ ਪਿਆਰਾ ਲੈ ਦੁਨੀਆਂ ਦਾ ਮਤਲਬ ਖਵਾਉਂਦਾ ਉਹ ਤੇ ਡੈਰੀ ਸੀ ਨਿੱਕੀ ਅੱਛਾ ਉਹ ਨਹੀਂ ਤੇ ਉਹ ਪਰ ਸਾਰੇ ਨੇ ਹਿੰਦੂ ਉਹ ਤੇ ਸਾਰੇ ਨੇ ਪਾਣੀ ਦਾ ਇੱਕੋ ਟੋਬਾ ਸੀਗਾ ਇੱਥੇ ਪਾਣੀ ਦਾ ਇੱਕੋ ਟੋਬਾ ਜਿੱਥੇ ਜਾਨਵਰ ਨਹਾਉਂਦੇ ਸੀਗੇ ਤਲਾ ਸੀ
ਜਾਨਵਰ ਪੀਂਦੇ ਸੀ ਪਾਣੀ ਤੋਂ ਨਹੀਂ ਤੇ ਬੰਦੇ ਕਿੱਥੋਂ ਪਾਣੀ ਪੀਂਦੇ ਸੀਗੇ ਬੰਦੇ ਆ ਤਲਾਬ ਸੀ ਗੱਡਿਆਂ ਦਾ ਉਹ ਤਲਾਬ ਸਨ ਉਹ ਤਲਾਬ ਸੀ ਸਾਡਾ ਉਹ ਜਿਹੜਾ ਮਸੀਤ ਪਈ ਦੀ ਹੈ ਉਹ ਤਲਾਬ ਸੀ ਇਹਨਾਂ ਸਿਰ ਵੱਢ ਕੇ ਸੁੱਟਿਆ ਆਸਾਂ ਗਾਂ ਦਾ ਸਿਰ ਵੱਢ ਕੇ ਸੁੱਟਿਆ ਜੋ ਫਿਰ ਤਲਾਬ ਟਿਆ ਤਲਾਬ ਫਿਰ ਮੈਂ ਕੱਢਿਆ ਸੀ ਹੋਰ ਕੋਈ ਉਸ ਵੇਲੇ ਦੀ ਗੱਲ ਯਾਦ ਆਉਂਦੀ ਤੁਹਾਨੂੰ ਪੁਰਾਣੀ ਕੋਈ ਖੇਡਾਂ ਖੂਡਾਂ ਕੀ ਪੁਰਾਣੀਆਂ ਸਾਰੀਆਂ ਖੇਡਾਂ ਆਉਂਦੀਆਂ ਨੇ ਕਿਹੜੀਆਂ ਕਬੱਡੀ ਖੇਡਦੇ ਰਹੇ ਹਾਂ ਘੋਲਦੇ ਰਹੇ ਹਾਂ ਸਿੱਖ ਮੁਸਲਮਾਨ ਘੋਲਦੇ ਰਹੇ ਨੇ ਤੁਸੀਂ ਸਕੂਲੇ ਗਏ ਸੀਗੇ ਨਹੀਂ ਸਕੂਲੇ ਨਹੀਂ ਬੈਠਿਆ ਅੱਛਾ ਸਕੂਲੇ ਨਹੀਂ ਜੋ ਕਤਰੀ ਉਹ ਮਤਲਬ ਸਾਡੇ ਰਹਿੰਦਾ ਸੀ ਗੋਪੀ ਉਹ ਪੜ੍ਹਾਉਂਦਾ ਰਿਹਾ ਸਾਨੂੰ ਉਹ ਤੋਂ ਪੜ੍ਹੇ ਰਿਹਾ ਠੀਕ ਠੀਕ ਅੱਛਾ ਤੁਸੀਂ ਕਰੋ ਗੱਲਾਂ ਹੋਰ ਗੱਲ ਕੋਈ ਸੁਣਾਓ ਵੇਲੇ ਦੀ ਪੁਰਾਣੀ ਵੇਲੇ ਦੀ ਪੁਰਾਣੀ ਮੈਂ ਕੀ ਸੁਣਾਵਾਂ ਅੱਛਾ ਤੇ ਤੁਹਾਡਾ ਵਿਆਹ ਕਦੋਂ ਆਇਆ ਸੀਗਾ ਵਿਆਹ ਮੇਰਾ ਭਰਜਾਈ ਨਾਲ ਹੋਇਆ ਹੈ ਅੱਛਾ ਭਰਾ ਮੇਰਾ ਮਰ ਗਿਆ ਸੀ ਪਾਕਿਸਤਾਨ ਬਣੇ ਸੀ ਅੱਛਾ ਉਹ ਵਖਾ ਗਿਆ ਸੀ ਉਹ ਸਰਦਾਰੀ ਰਹਿੰਦੇ ਸਨ ਅਤੇ ਉਹਨੇ ਮਾਰ ਛੱਡਿਆ ਸੀ ਅੱਛਾ ਅਤੇ ਫਿਰ ਉਹ ਨਿਕਾਹ ਮੇਰਾ ਹੋਇਆ ਸੀ 4 ਸਾਲੀ ਬਾਅਦ ਪਾਕਿਸਤਾਨ ਬਣੇ ਦਾ 4 ਸਾਲੀ ਬਾਅਦ ਹੋਇਆ ਸੀ ਅੱਛਾ ਦੋ ਪੁੱਤਰ ਦੇ 8 ਧੀਆਂ ਹੋਈਆਂ ਨੇ ਉਹ ਗੰਗੂ ਮੇਗ ਸੀ ਉਹ ਦੂਆ ਸੀ ਉਹਦੇ ਸੰਗ ਸੀ ਦਸ਼ਮਣ ਦੀ ਕੁੜੀਆਂ ਮੁਸਲਮਾਨ ਕਰਨ ਗਿਆ ਸੀ ਦੂਆ ਕਾਲ ਲਫਲਾ ਅਰਧਜੰਗ ਅੱਛਾ ਮੁਸਲਮਾਨੀਆਂ ਨੇ ਆਉਣੀਆਂ ਪਰ ਸਾਡੇ ਭਰਾ ਨੇ ਫੜ ਕੇ ਅੰਦਰ ਲਵਾ ਕਹਿੰਦੇ ਸੀ ਉਹਨੂੰ ਮਿਸਤਰੀ ਗੁਲਾਮ ਨੂੰ ਅੱਛਾ ਅੰਦਰ ਲਵਾ ਛੱਡਿਆ ਸੀ ਔਰ ਪੁਰਾਣੀਆਂ ਗੱਲਾਂ ਜਿਹੜੀਆਂ ਨੇ ਉਹ ਸਾਡੀ ਲੜੀਆਂ ਉਹ ਘੋੜੀ ਦੇ ਚੜ੍ਹ ਕੇ ਹਮਲਾ ਲਿਆ ਆਣ ਕੇ ਸ਼ਰਾਬ ਪੀਤਾ ਮੈਂ ਗਾਲਾਂ ਕੱਢੀਆਂ ਸਾਰੇ ਪਿੰਡ ਨੂੰ ਫਿਰ ਅੰਦਰ ਬੈਠ ਜਾਣਾ ਅੱਛਾ ਤੇ ਤੁਸੀਂ ਫਿਰ ਟੋਬੇ ਤੇ ਜਾਂਦੇ ਹੀ ਹੋਣੇ ਆ ਟੋਬੇ ਪੈਲੀ ਜਾਣੀ ਆ ਹਾਂ ਟੋਬੇ ਸੁਬਾ ਜਾਂਦੇ ਰਹੇ ਆ ਸਬਜ਼ੀ ਲੈ ਕੇ ਅੱਛਾ ਸਬਜ਼ੀ ਲੈ ਕੇ ਜਾਂਦੇ ਰਹੇ ਆ ਇਹਨੂੰ ਵੀ ਜਾਂਦੇ ਰਹੇ ਨੇ ਅਸੀਂ ਜਾਂਦੇ ਰਹੇ ਆ ਅੱਛਾ ਇਹ ਦੱਸੋ ਕਿ ਬਈ ਟੋਬੇ ਦਾਣਾ ਉਹ ਗੱਲਾਂ ਮੰਡੀ ਬਈ ਸਾਰੇ ਸਿੱਖ ਇਕੱਠੇ ਕੀਤੇ ਸੀਗੇ ਸਿੱਖ ਨਹੀਂ ਸਾਨੂੰ ਕੀਤੇ ਹਾਂ ਸਿੱਖ ਤਿੰਨ ਸੱਤ ਗਿਆ ਤਿੰਨ ਸੱਤ ਕਾਬਲਾ ਬਣ ਕੇ ਆਪਣੇ ਬਲਨ ਅੱਟ ਗਿਆ ਹਿੰਦੂ ਸਾਰੇ ਕੀਤੇ ਸਨ ਕਤਲੀ ਸਾਰੇ ਕੀਤੇ ਸਨ ਅੱਛਾ ਮਾਲ ਮੰਡੀ ਦਾਣਾ ਮੰਡੀ ਹੈ ਬੜੀ ਤਗੜੀ ਉਹਦੇ ਵਿੱਚ ਸਾਰੇ ਕੀਤੇ ਸਨ ਅੱਛਾ ਉਹਨਾਂ ਨੂੰ ਫਿਰ ਰੇਲ ਗੱਡੀ 'ਚ ਪਾ ਕੇ ਲੈ ਕੇ ਗਿਆ ਸੀ ਉਹ ਰੇਲ ਗੱਡੀ 'ਚ ਪਾ ਕੇ ਫਿਰ ਖੜਿਆ ਸੀ ਅੱਛਾ ਉਹ ਰੇਲ ਗੱਡੀ ਜਿਹੜੀ ਇੱਥੇ ਡੱਬਾ ਵਾਲੇ ਸਟੇਸ਼ਨ 'ਤੇ ਵੱਡੀ ਸੀਗੀ ਕੋਈ ਪਤਾ ਵਾ ਉਹ ਵੱਡੀ ਸੀ ਉਹ ਭਰਾ ਮੇਰੇ ਤੇ ਗਾਂਧੀ ਨੇ ਤੇ ਕੋ ਰੱਖੇ ਸੀ ਗੱਡੀ ਨੇ ਅੱਛਾ ਉਹ ਸੜਨਦੀ ਹੈ ਨਹੀਂ ਗੱਡੀ ਆਈ ਸੀ ਵੱਡੀ ਦੀ ਠੀਕ ਆ ਸੜਨਦੀ ਹੈ ਕਿਸੇ ਦੀ ਬਾਂਹ ਲੱਤੀ ਸੀ ਕਿਸੇ ਦਾ ਕੰਨ ਲੱਤਾ ਦਾ ਕਿਸੇ ਦਾ ਸਿਰ ਲੱਤਾ ਦਾ ਹਾਂਜੀ ਉਹ ਆ ਕੇ ਲੱਗੀ ਹੈ ਤੇ ਫਿਰ ਇਹਨਾਂ ਨੇ ਸਿੱਖਾਂ ਨੂੰ ਤਿੰਨ ਸਾਲ ਨੂੰ ਸੱਦਿਆ ਸੀ ਤਿੰਨ ਸਾਲ ਨੂੰ ਸਾਡੀਏ ਤੇ ਫਿਰ ਗੱਡੀ ਦੀ ਬਾਹਰ ਲਿਆ ਤੇ ਗੱਡੀ ਫਿਰ ਪੱਛਮੀ ਗਈ ਸੀ ਉਹ ਰਾਵੀ ਫਿਰ ਜਾ ਕੇ ਵੱਡੀ ਸੀ ਰਾਵੀ ਤਾਂ ਵੱਡੀ ਸੀਗੀ ਡੱਬਾ ਵਾਲੇ ਵੱਡੀ ਸੀਗੀ ਰਾਵੀ ਡੱਬਾ ਵਾਲੀ ਕੋਲ ਰਾਵੀ ਵੱਡੀ ਹੈ ਡੱਬਾ ਵਾਲੀ ਅੱਗੇ ਰਾਵੀ
ਨਹੀਂ ਡੱਬਾ ਵਾਲੇ ਤੋਂ ਅੱਗੇ ਫਿਰ ਚਟਿਆਣਾ ਪੈਂਦਾ, ਚਟਿਆਣੇ ਤੋਂ ਬਾਅਦ ਚਟਿਆਣੇ ਦੇ ਨਾਲ ਹੀ ਲਾਵੀ ਹੈ। ਨਹੀਂ ਉਸ ਤੋਂ ਅੱਗੇ ਸਟੇਸ਼ਨ ਸ਼ੋਰਕੋਟ ਪੈਂਦਾ ਵਾ, ਸ਼ੋਰਕੋਟ ਨਹੀਂ ਜੀ ਆਪਣੇ ਸ਼ੋਰਕੋਟ ਤੋਂ ਪਰੇ ਲੰਘ ਕੇ ਉਹਦਾ ਨਾਂ ਕੀ ਰਾਵੀ ਪੈਂਦੀ ਆ, ਰਾਵੀ ਰਾਵੀ ਜੋ ਬੱਚੇ ਰਾਵੀ ਕਰਦੀ ਜਾਂਦੀ ਸੀ। ਅੱਛਾ, ਉਹ ਮੁਸਲਮਾਨ ਬਟੋਏ ਰਹਿਣ ਤੇ ਤਾਂ ਕਰਕੇ ਵਧੀ ਸੀ। ਠੀਕ ਆ, ਸਮਝ ਗਿਆ। ਉਹ ਕੁਛ ਨੇ ਇੱਥੋਂ ਦਾ ਕੋਈ ਅਫਸਰ ਸੀਗਾ ਜਿਹੜਾ ਟੋਬੇ ਦਾ, ਜਿਹੜਾ ਉਹ ਫਤਿਹ ਮੁਹੰਮਦ ਜਾਨਦਾਰ ਸੀ, ਜਿਹਦਾ ਪਿੱਛੇ ਟੱਬਰ ਸਾਰਾ ਵੱਢਤਾ ਸੀਗਾ। ਫਤਿਹ ਮੁਹੰਮਦ ਜਾਨਦਾਰ ਸੀ, ਉਹ ਟੱਬਰ ਵੱਢ ਲਿਆ ਗਿਆ ਸੀ ਮਰਨ ਨੂੰ, ਪਿੱਛੇ ਹਿੰਦੁਸਤਾਨ ਦੇ ਵਿੱਚ ਆਉਂਦੇ ਪਏ ਸਨ ਅਤੇ ਉਹ ਦਰਿਆ ਦੇ ਵਿੱਚ ਸੁੱਟਿਆ ਸੀ ਵੱਢ ਕੇ, ਉੱਥੇ ਕਾਫੀ ਵੱਢੇ ਗਏ ਸਨ। ਮੈਂ ਗਿਆ ਮੇਰੇ ਕੋਲ ਸੀ ਉੱਥੇ ਵਧੇ ਗਏ ਸਨ ਬੰਦੇ ਚਾਰ ਸਾਡੇ ਚਾਰ ਸਾਈਂ ਉਹ ਸ਼ੁਗਰ ਦਾ ਮਾਰਦਾ ਆਪਣਾ, ਇੱਕ ਉਹ ਵਧੀਆ ਗਏ ਸੀ, ਇੱਕ ਉਹ ਮਾਰੇ ਗਏ ਸੀ, ਦੂਆ ਪੀਣਾ ਉਹਦਾ ਉਹ ਤਿੰਨ ਵਜੇ ਤਿੰਨ ਮਾਰੇ ਸਨ, ਤੰਬਾਕੂ ਦੀਆਂ ਬੋਰੀਆਂ ਚੁੱਕੀ ਦੀਆਂ, ਖੰਡ ਦੀ ਬੋਰੀ ਚੁੱਕੀ ਸੀ। ਅੱਛਾ, ਕਦੀ 302 ਪੱਟੀ ਚੱਕ ਕਦੀ ਗਿਆ ਸੀਗਾ ਤੁਸੀਂ? ਨਹੀਂ ਮੈਂ ਨਹੀਂ ਗਿਆ। ਅੱਛਾ, ਉਹਨਾਂ ਨੇ ਗਿਆ ਥੋੜ੍ਹੇ ਦਿਨ ਹੋ ਗਿਆ। ਨਹੀਂ ਜਿਵੇਂ ਖੇਡਣ ਜਾਂਦੇ ਆ 35 ਸਾਲਾਂ ਦੇ, ਉਸਲੇ ਜਦੋਂ ਐਦਾਂ ਸਮਝੋ ਹਾਲੇ ਪਾਕਿਸਤਾਨ ਨਹੀਂ ਬਣਿਆ, ਉਸਲੇ ਫੁੱਟਬਾਲ ਕੋਈ ਨਹੀਂ ਸੀ। ਹਾਂ ਹਾਂ, ਉਹ ਫੁੱਟਬਾਲ ਕੋਈ ਖੇਡੇ ਨਹੀਂ, ਕਬੱਡੀ ਖੇਡਣੀ ਪੈਂਦੀ ਨੂੰ ਆਪਣੀ ਖੇਡ ਲੈਂਦੇ ਆ। ਐਪ ਸੱਟ ਵੀ ਲੱਗੀ ਹੋਈ ਮੈਨੂੰ ਗਿਆਨ ਨੇ ਮਾਰੀ ਦੀ ਐਪ ਆਡੀ। ਇਹ ਕਿੱਦਾਂ ਸੱਟ ਲੱਗੀ ਸੀਗੀ? ਇਹ ਲੱਗੀ ਸੀ ਉਹਨੇ ਚੁੱਚੂ ਮਾਰਿਆ ਸੀ ਮੈਨੂੰ ਡਿੱਗੇ ਹੋਏ ਨੂੰ। ਅੱਛਾ, ਵਧਾਈਆਂ ਦੇ ਵਿੱਚ ਆਇਆ ਤਾ ਨਾ ਤੇ ਲਾਈਆਂ ਦੇ ਚੁੱਚੂ ਮਾਰਿਆ ਤੇ ਮੇਰੇ ਲੱਗੇ ਲੱਗ ਗਏ। ਅੱਛਾ, ਐਪ ਪੱਕਾ ਰਿਹਾ ਕਹੀ ਸਾਲ। ਹੋਰ ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਅੱਛਾ, ਹੁਣ ਇਹ ਦੱਸੋ ਕਿ ਵੀ ਜੇਲੇ ਪਹਿਲੇ ਲੋਕ ਰਹਿੰਦੇ ਸੀਗੇ? ਪਹਿਲੇ ਲੋਕ ਰਹਿੰਦੇ ਸੀ ਭਰਾਵਾਂ ਭੈਣਾਂ ਦਾ ਵੇਖਾ, ਹਿੰਦੂ ਮੁਸਲਮਾਨ ਇਕੱਠੇ ਸਨ, ਐਤਵਾਰ ਜੁੜੇ ਰਹਿਣਾ ਫਿਰ ਸ਼ਰਾਬ ਪੀਤਾ ਹੈ ਤੇ ਇਹਨਾਂ ਨੇ ਪੀਤਾ ਹੈ ਤੇ ਸਰਦਾਰ ਤਿੰਨ ਸਾਹਿਬ ਦੇ ਆਏ ਸਨ ਸਿੱਖ ਬੁੱਧੂ ਸਿੰਘ ਲਿਆਇਆ ਸੀ, ਉਹਨਾਂ ਬੱਕਰਾ ਵੱਢਿਆ ਸੀ ਆਣ ਕੇ, ਨਹੀਂ ਤੇ ਲਾਲ ਖਾਂਦੇ ਲਿਆ ਸਾਰੇ ਤਕਬੀਰ ਬਾਣੀ ਨੀਰਾ ਵਜੀ ਨੇ ਤੇ ਸਾਰਿਆਂ ਨੇ ਗੋਸ਼ ਵੰਡ ਕੇ ਲੈ ਜਾਣਾ। ਤਕਬੀਰ ਬਾਣੀ ਉਹਨਾਂ ਵੱਢਿਆ ਸੀ ਆਣ ਕੇ, ਉਹ ਸਿੱਖਾਂ ਨੇ ਬੁੱਧੂ ਸਿੰਘ ਦੀ ਕਣਕ ਵੱਢੇ ਜਾਂਦੇ ਨੇ। ਨਹੀਂ ਕੁੱਤਾ ਕੁਸ਼ਤੀ ਖੇਡਣ ਦੂਸਰੇ ਪਿੰਡਾਂ 'ਚ ਤੁਸੀਂ ਨਹੀਂ ਸੀ ਜਾਂਦੇ? ਮਿਲਣਾ ਸੀ ਖਾਨਪੁਰ ਸੀ, ਇਹਨਾਂ ਪਿੰਡਾਂ ਦੀ ਕਬੱਡੀ ਪੈਂਦੀ ਰਹੀ ਹੈ। ਅੱਛਾ, ਕਬੱਡੀ ਬੜੀ ਖੇਡਦੇ ਰਹੇ ਹਾਂ। ਕਿੱਥੇ ਕਿੱਥੇ ਖੇਡਣ ਗਏ ਹੋ? ਅਸੀਂ ਤਿੰਨ ਵਾਰੀ ਗਏ ਨਾ ਗਏ ਤਾਂ ਉਹ ਸਿੱਖ ਸਨ 97 ਇੱਥੇ ਖਾਨਪੁਰ ਗਏ ਹਾਂ ਤੇ ਸੀਵਾਲ ਗਏ ਹਾਂ, ਸਿੱਖਾਂ ਦਾ ਸੀ ਸਿੱਖਾਂ ਦਾ ਵੀ ਹੈ ਸਾਰਾ ਇਲਾਕਾ ਸਿੱਖਾਂ ਦਾ ਸੀ।
ਚਾਲਵਾਂ ਤੋਂ ਪਹਿਲੇ ਸਰਦਾਰਵਾਂ ਅਠਾਨਵਾਂ ਨੜਿਨਵਾਂ ਆਹ ਸਾਰਾ ਸਿੱਖਾਂ ਦਾ ਸੀ। ਅੱਛਾ, ਉਹ ਜਿਹੜੀ 346 ਕਰਮਾਂ ਵਾਲੀ ਆ, ਉਹਦੇ ਬਾਰੇ ਕੋਈ ਗੱਲਬਾਤ ਸੁਣਾਓ ਤਾਂ। ਉਹਦੇ ਬਾਰੇ ਕਹਿ ਸੁਣਾ, ਉਹਦੇ ਮੁੰਡੇ ਖੇਡਣ ਆਉਂਦੇ ਰਹੇ ਆ, ਫੇਰ ਉਹ ਨੰਬਰਦਾਰ ਹੁੰਦਾ ਸੀਗਾ। ਨੰਬਰਦਾਰ ਕੇਸਰ ਸੀ ਨਹੀਂ, 346 ਦਾ ਕਰਮੂਵਾਲੀ ਦਾ ਜਿਹੜਾ ਸ਼ੇਰੂ ਨੰਬਰ ਕਰਮੂਵਾਲੀ ਦਾ ਸਿੱਖ ਵੀ ਜਾਣ ਨਾਮ ਭੁੱਲ ਗਿਆ ਮੈਨੂੰ ਕਰਮੂਵਾਲੀ ਦਾ। ਚਲੋ ਠੀਕ ਹੈ ਬਾਬਾ ਜੀ, ਬੜੀ ਮਿਹਰਬਾਨੀ, ਸ਼ੁਕਰੀਆ। ਨਹੀਂ ਆਪਣੇ ਕੇਸਰ ਦਾ ਨਾਨਕੂ ਪਿੱਛੂ ਜੰਮਿਆ, ਪਤਾ ਨੀ ਨਾਨਕੂ ਸੀ ਕਿ ਕੌਣ ਸੀ, ਆਣ ਕੇ ਮਰਬੇ ਸਾਹ ਲੈਣਾ ਟਾਈ ਮਰਬੇ। ਅੱਛਾ, ਇਹਨਾਂ ਸਿੱਖਾਂ ਚ ਫਿਰ ਕੋਈ ਮੁੜ ਕੇ ਆਇਆ ਵੀ ਸੀ ਇੱਥੇ? ਆਇਆ ਸੀ ਉਹ ਪਿੱਛੇ ਹੀ ਬੋਰੀ ਸੋਨਾ ਚਾਂਦੀ ਜਿਹੜੀ ਸਿੱਖਾਂ ਦੀ ਮੈਂ ਲਿਆਇਆ ਤਾ। ਅੱਛਾ, ਮੇਰੇ ਮੁੰਡੇ ਧੜੀ ਸੀ ਫੱਜੇ ਡਾਕੂ ਦੇ ਘਰ ਲਿਆ ਕੇ ਸੁੱਟੀ। ਠੀਕ, ਭਰਾ ਸਾਖੂ ਦੇ ਭਰਾ ਸਾਖੂ ਖਾ ਗਿਆ, ਪੂਰੀ ਬੋਰੀ ਖਾ ਗਿਆ, ਪੂਰੀ ਬੋਰੀ ਖਾ ਗਿਆ। ਉਹਨਾਂ ਨੂੰ ਕੱਲਿਆ ਹੀ ਨਹੀਂ, ਕੱਖ ਵੀ ਕੱਲਿਆ ਨੇ ਉਹ ਮਰਬੇ ਆਪਣੇ ਮਰਬੇ ਪਿੰਡ ਸ਼ਹਿਰ ਚ ਮਰਬਾ ਖਰੀਦਿਆ, ਉਹਨੇ ਮਰਬਾ ਖਰੀਦਿਆ, ਮਗਲਾ ਟਾਈਮ ਚ ਮਰਬੇ ਖਰੀਦੇ, ਉਹ ਜਮੀਨ ਆਪਣੀ ਕਰ ਰਹੇ, ਉਹਨਾਂ ਨੇ ਨਹੀਂ ਦਿੱਤਾ ਕੁਝ ਨੀ ਨਾ। ਤੇ ਬਾਅਦ ਚ ਪੁਲਿਸ ਲੈਣ ਤਾਂ ਆਈ ਸੀ, ਜਿਹਨੇ ਜਿਹਨੇ ਮਾਰ ਲਿਆ ਕਿਰਾਇਆ ਦੇ ਕੇ ਘਰ ਛੱਡਿਆ। ਉਹ ਆਪਣੇ ਮਰਬੇ ਵੇਖ ਗਏ ਸਨ, ਜ਼ਮੀਨਾਂ ਵੇਖ ਗਏ ਸਨ। ਹਰੀ ਸਿੰਘ ਵਾਲਾ ਆਇਆ ਸੀ, ਉਹ ਜਿਹੜਾ ਹਰੀ ਸਿੰਘ ਮਰਬਾ ਮਗੂਰ ਸਾਲੇ ਵਾਲੇ ਦਾ ਉਹ ਮਰਬਾ ਵੇਖਿਆ ਸੀ, ਸਜੇਤੂ ਵਾਲਾ ਮਰਬਾ ਵੇਖਿਆ ਸੀ, ਹਰੀ ਕਿਸ਼ੂ ਵਾਲਾ ਮਰਬਾ ਵੇਖਿਆ ਸੀ। ਅਮਰ ਵੇਖ ਕੇ ਆਪਣੇ ਤੁਰ ਗਏ। ਫਿਰ ਕੀ ਰੋਂਦੇ ਸੀਗੇ ਜਾਂ ਹੱਸਦੇ ਸੀਗੇ? ਰੋਂਦੇ ਸਨ ਵਿਚਾਰੇ, ਹੱਸਦੇ ਹਾਸਾ ਨਿਕਲਦਾ ਸੀ, ਅਸੀਂ ਨਾਲ ਰੋਂਦੇ, ਅਸੀਂ ਰੋਂਦੇ ਸੀ, ਉਹ ਵੀ ਰੋਂਦੇ ਸੀ। ਉਹ ਕੀ ਕਹਿੰਦੇ ਸੀਗੇ ਵੀ ਇੱਥੋਂ ਉੱਜੜ ਕੇ ਕੀ ਬਣਿਆ ਉਹਨਾਂ ਦੇ ਨਾਲ? ਬਣਿਆ ਜਵਾਨੀ ਜਾ ਕੇ ਰਹਿੰਦੇ ਨੇ, ਪਿੱਛੇ ਦਵਾਨੀ ਜਾ ਕੇ ਕੋਈ। ਅੱਛਾ, ਉੱਥੇ ਰਹਿੰਦੇ ਨੇ। ਕਿਹੜੀ ਜਗ੍ਹਾ, ਤਹਿਸੀਲ ਕਿਹੜੀ ਲੱਗਦੀ ਉਹਨਾਂ ਨੂੰ ਦਵਾਨੀ ਚੱਕ ਨੂੰ? ਦਵਾਨੀ ਚੱਕ ਨੂੰ ਜਗ੍ਹਾ ਲੱਗਦੀ ਹੈ ਉਹ ਹਿੰਦੁਸਤਾਨ 'ਚ, ਅਤੇ ਨਾਲ ਬਾਰਡਰ ਸਾਡਾ। ਨਹੀਂ, ਤਹਿਸੀਲ ਕਿਹੜੀ ਲੱਗਦੀ ਉਹਨਾਂ ਨੂੰ? ਦਲੀਲ ਬਾਗਾ ਲੱਗਦੀ ਹੈ। ਬਾਗਾ, ਬਾਗ ਵਾਲਾ? ਹਾਂ, ਇਹ ਤਾਂ ਉਹ ਰੋਪੜ 'ਚ ਨਹੀਂ ਹੈਗਾ? ਰੋਪੜ 'ਚ ਨਹੀਂ, ਉਹ ਰੋਪੜ 'ਚ ਹੀ ਬੈਠੇ ਰਹਿਣ ਵਿਚਾਰੇ। ਅੱਛਾ, ਉਹ ਪਿੰਡ ਬੈਠੇ ਨਾ ਪਾਇਆ ਪਿੰਡ ਦਾ ਕੋਈ, ਉਹ ਪਿੰਡ ਦਾ ਪਾਇਆ ਨੇ। ਚਲੋ ਠੀਕ ਹੈ ਜੀ, ਬੜੀ ਮਿਹਰਬਾਨੀ, ਸ਼ੁਕਰੀਆ। ਆਪਣੇ ਨਾਮ